ਜਦੋਂ ਅਸੀਂ ਕੋਈ ਵੀ ਪਾਠ ਪੂਜਾ ਜਾਂ ਫਿਰ ਅਰਦਾਸ ਕਰਦੇ ਹਾਂ ਕਿਸੇ ਵੀ ਕੰਮ ਦੇ ਲਈ ਸਾਡੇ ਉਹ ਕੰਮ ਕਿਸ ਤਰ੍ਹਾਂ ਪੂਰੇ ਹੁੰਦੇ ਨੇ ਜੇ ਨਹੀਂ ਹੁੰਦੇ ਤਾਂ ਕਿਉਂ ਨਹੀਂ ਹੁੰਦੇ ਜੇ ਉਹ ਪੂਰੇ ਹੋ ਜਾਂਦੇ ਹਨ ਤਾਂ ਉਹ ਕਿਸ ਤਰ੍ਹਾਂ ਹੋ ਜਾਂਦੇ ਹਨ ਕੀ ਜਿਹੜਾ ਪਰਮਾਤਮਾ ਹੈ ਉਹ ਕਿਸੇ ਜਗ੍ਹਾ ਦੇ ਉੱਪਰ ਘੱਟ ਵੱਧ ਵੀ ਹੈ ਜਾਂ ਫਿਰ ਉਹ ਕਿਸੇ ਮੰਦਰ ਦੇ ਵਿੱਚ ਜ਼ਿਆਦਾ ਹੈ ਜਾਂ ਫਿਰ ਕਿਸੇ ਗੁਰਦੁਆਰੇ ਵਿੱਚ ਘੱਟ ਹੈ ਜਾਂ ਫਿਰ ਦੁਨੀਆਂ ਦੇ ਕਿ ਜਿੰਨੇ ਵੀ ਗੁਰੂ ਪੀਰ ਹੋਏ ਹਨ ਵਲੀ ਹੋਏ ਹਨ ਇਹਨਾਂ ਵਿੱਚ ਪਾਵਰਾਂ ਵੱਧ ਘੱਟ ਹਨ ਆਓ ਅੱਜ ਆਪਾਂ ਇਸ ਚੀਜ਼ ਨੂੰ ਖੰਗੋਲਣ ਦੀ ਕੋਸ਼ਿਸ਼ ਕਰਦੇ ਹਾਂ ਅਗੇਨ ਮੈਂ ਕਿਸੇ ਵੀ ਧਰਮ ਨੂੰ ਪ੍ਰਮੋਟ ਜਾਂ ਕਿਸੇ ਧਰਮ ਨੂੰ ਕੰਡੈਮ ਨਹੀਂ ਕਰਦਾ ਕਿਉਂਕਿ ਮੇਰਾ ਜਿਹੜਾ ਧਰਮ ਹੈ ਉਹ ਇਨਸਾਨੀਅਤ ਹੈ ਅਤੇ ਮੈਂ ਮਹਿਸੂਸ ਕਰਦਾ ਹੁੰਦਾ ਕਿ ਜਿੰਨੀ ਕੁ ਸਮਝ ਮੈਨੂੰ ਕਿਤਾਬਾਂ ਪੜ੍ਹ ਕੇ ਲੱਗਦੀ ਆ ਮੈਂ ਉਹਨੂੰ ਆਪਦੀ ਕਮਿਊਨਿਟੀ ਦੇ ਨਾਲ ਆਪਦੀ ਬੋਲੀ ਵਿੱਚ ਸਾਂਝਾ ਕਰਦਿਆਂ ਅਸਲ ਦੇ ਵਿੱਚ ਪਹਿਲਾਂ ਤਾਂ ਆਪਾਂ ਨੂੰ ਰੱਬ ਦੀ ਫੋਰਮ ਸਮਝਣੀ ਪਊਗੀ ਫਿਲੋਸਫਰ ਲੋਕ ਕਹਿੰਦੇ ਹਨ ਕਿ ਰੱਬ ਇੱਕ ਨਹੀਂ ਹੈ ਰੱਬ ਦੋ ਹਨ ਇੱਕ ਤਾਂ ਉਹ ਹੈ ਜਿਹਨੂੰ ਗੁਰਬਾਣੀ ਵੀ ਕਹਿੰਦੀ ਹੈ ਕਿ ਇੱਕ ਪਰਮਾਤਮਾ ਹੈ ਜਾਂ ਹਰ ਜਗ੍ਹਾ ਦੇ ਉੱਪਰ ਇੱਕ ਹੀ ਘੱਟ ਘੱਟ ਹੈ ਇੱਕ ਰੱਬ ਉਹ ਹੈ ਜਿਹੜਾ ਲੋਕਾਂ ਨੇ ਆਪਦੀ ਮਨ ਮਰਜ਼ੀ ਨਾਲ ਬਣਾ ਲਿਆ ਇਸੇ ਲਈ ਹੀ ਤੁਹਾਡੇ ਰੱਬ ਅਤੇ ਮੇਰੇ ਰੱਬ ਵਿੱਚ ਫਰਕ ਆ ਤੁਸੀਂ ਸੋਚਦੇ ਹੋ ਕਿ ਉੱਥੇ ਰੱਬ ਅਤੇ ਮੈਂ ਸੋਚਦਾ ਹਾਂ ਉੱਥੇ ਰੱਬ ਆ ਪਰ ਜਿਹੜੇ ਲੋਕ ਇਸ ਨਕਲੀ ਰੱਬ ਤੋਂ ਉੱਪਰ ਉੱਠ ਜਾਂਦੇ ਹਨ ਉਹਨਾਂ ਨੂੰ ਉਹ ਪਰਮਾਤਮਾ ਹਰ ਜਗ੍ਹਾ ਦੇ ਉੱਪਰ ਇੱਕੋ ਹੀ ਦਿਖਾਈ ਦਿੰਦਾ ਹੈ ਅਤੇ ਉਹਦੇ ਕਾਨੂੰਨ ਵੀ ਜਿਹੜੇ ਹਨ ਉਹ ਇੱਕੋ ਤਰ੍ਹਾਂ ਹੀ ਪੂਰੀ ਧਰਤੀ ਦੇ ਉੱਪਰ ਕੰਮ ਕਰਦੇ ਨੇ ਆਓ ਪਿੱਛੇ ਨੂੰ ਚੱਲਦੇ ਹਾਂ ਜਦੋਂ ਕਹਿ ਲਓ ਕਿ ਬਹੁਤ ਪੁਰਾਣਾ ਧਰਮ ਜਦੋਂ ਬੰਦੇ ਨੂੰ ਅਕਲ ਆਈ ਤਾਂ ਉਹਨੂੰ ਲੱਗਾ ਕਿ ਹਵਾ ਪਾਣੀ ਸੂਰਜ ਸਾਰਾ ਕੁਛ ਪਰਮਾਤਮਾ ਹੈ ਇਹ ਗਲਤ ਗੱਲ ਨਹੀਂ ਸੀ ਅਸਲ ਵਿੱਚ ਹੈਗਾ ਤਾਂ ਉਹ ਵੀ ਪਰਮਾਤਮਾ ਹੀ ਆ ਪਰ ਸਿਰਫ ਉਹੀ ਪਰਮਾਤਮਾ ਹੈ ਇਹ ਗੱਲ ਕਿਤੇ ਨਾ ਕਿਤੇ ਇਲੌਜੀਕਲ ਹੋ ਜਾਂਦੀ ਆ ਉਦੋਂ ਫਿਰ ਉਹਨਾਂ ਨੇ ਕਰੋੜਾਂ ਦੇਵੀ ਦੇਵਤਿਆਂ ਦਾ ਸੰਕਲਪ ਬਣਾ ਲਿਆ ਕਿ ਇੱਕ ਦੇਵੀ ਦੇਵਤਾ ਨਹੀਂ ਹੈ ਕਰੋੜਾਂ ਲੋਕ ਕਰੋੜਾਂ ਦੇਵੀ ਦੇਵਤੇ ਹਨ ਫਿਰ ਹੌਲੀ ਹੌਲੀ ਲੋਕਾਂ ਨੂੰ ਜਿਵੇਂ ਜਿਵੇਂ ਕਹਿ ਲਓ ਕਿ ਸਾਇੰਸ ਨੇ ਤਰੱਕੀ ਕੀਤੀ ਲੋਕ ਗਾਹ ਨੂੰ ਗਏ ਤਾਂ ਉਦੋਂ ਬਾਅਦ ਜੀਸਸ ਕ੍ਰਾਈਸਟ ਹੋਣੀ ਆਏ ਉਹਨਾਂ ਨੇ ਕਿਹਾ ਕਿ ਕਰੋੜਾਂ ਦੇਵੀ ਦੇਵਤੇ ਨਹੀਂ ਗਏ ਭਾਈ ਬਲਕਿ ਇੱਕ ਹੀ ਹੈ ਅਤੇ ਮੈਂ ਉਹਦਾ ਪੁੱਤਰ ਹਾਂ ਉਸ ਤੋਂ ਬਾਅਦ ਵਿੱਚ ਹੌਲੀ ਹੌਲੀ ਭਗਤੀ ਲਹਿਰ ਚੱਲੀ ਲਗਭਗ 7ਵੀਂ ਸਦੀ ਦੇ ਵਿੱਚ ਭਗਤੀ ਲਹਿਰ ਦੀ ਸ਼ੁਰੂਆਤ ਹੋਈ ਜਦੋਂ ਮਨਸੂਰ ਹੋਣਾ ਨੇ ਇਹ ਕਿਹਾ ਕਿ ਅਨਹਲ ਹੱਕ ਕਿ ਮੈਂ ਹੀ ਖੁਦਾ ਹਾਂ ਕੋਈ ਹੋਰ ਬਾਹਰ ਖੁਦਾ ਨਹੀਂ ਹੈ ਉਸ ਤੋਂ ਬਾਅਦ ਗੁਰੂ ਗੋਰਖਨਾਥ ਹੋਣੀ ਆਏ 9ਵੀਂ ਸਦੀ ਦੇ ਵਿੱਚ ਫਿਰ ਇਹ ਭਗਤੀ ਲਹਿਰ ਦੀ ਸ਼ੁਰੂਆਤ ਹੋਈ ਜਿਹਦੇ ਵਿੱਚ ਬਾਅਦ ਵਿੱਚ ਭਗਤ ਕਬੀਰ ਹੋਣੀ ਫਰੀਦ ਹੋਣੀ ਸਦਨਾ ਨਾਮਦੇਵ ਬੀਬੀ ਰਾਬੀਆ ਭਾਈ ਪੀਪਾ ਹੋਣੀ ਇੱਥੋਂ ਤੱਕ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਭਗਤੀ ਲਹਿਰ ਦੇ ਹੀ ਨਾਲ ਚੱਲਦੇ ਗਏ ਜਿਨ੍ਹਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਨਾ ਤਾਂ ਕੋਈ 7ਵੇਂ ਅਸਮਾਨ 'ਚ ਰੱਬ ਆ ਨਾ ਹੀ ਕੋਈ ਬਾਹਰ ਰੱਬ ਆ ਨਾ ਹੀ ਤੁਹਾਡੇ ਅੰਦਰ ਰੱਬ ਹੈ ਜੇ ਕੋਈ ਰੱਬ ਹੈ ਤਾਂ ਉਹ ਤੁਸੀਂ ਹੋ ਜਿੱਦਣ ਤੁਸੀਂ ਇਸ ਗੱਲ ਨੂੰ ਸਮਝ ਆਓਗੇ ਕਿ ਪਰਮਾਤਮਾ ਬਾਹਰ ਨਹੀਂ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਰੱਬ ਮੇਰੇ ਅੰਦਰ ਹੈ ਤਾਂ ਇਹਦਾ ਮਤਲਬ ਇੱਕ ਮੈਂ ਹੋ ਗਿਆ ਅਤੇ ਇੱਕ ਰੱਬ ਹੋ ਗਿਆ ਦੋ ਜਾਣੇ ਹੋ ਗਏ ਅਤੇ ਦੋ ਰੱਬ ਕਦੇ ਵੀ ਨਹੀਂ ਹੋ ਸਕਦਾ ਪਰਮਾਤਮਾ ਸਿਰਫ ਇੱਕ ਮਕਾਰ ਹੈ ਇੱਕ ਦਾ ਨਾਮ ਪਰਮਾਤਮਾ ਹੈ ਜਿਹੜਾ ਬੰਦਾ ਇੱਕ ਨੂੰ ਸਮਝ ਗਿਆ ਜਦੋਂ ਤੁਸੀਂ ਅਰਦਾਸ ਕਰਦੇ ਹੋ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਆਪਣੇ ਧਾਰਮਿਕ ਸਥਾਨ 'ਤੇ ਜਾ ਕੇ ਇਹ ਕਹਿੰਦੇ ਹੋ ਕਿ ਰੱਬਾ ਭਲੀ ਕਰੀ ਅਸਲ ਦੇ ਵਿੱਚ ਧਿਆਨ ਨਾਲ ਵੇਖੋ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੁੰਦੇ ਹੋ ਕਿ ਜੱਸੀ ਜੱਸੀ ਦਾ ਭਲਾ ਕਰੀ ਇਹ ਇੱਕ ਬਹੁਤ ਬਰੀਕ ਸਮਝ ਹੈ ਗੁਰਬਾਣੀ ਵੀ ਇਸ ਗੱਲ ਦੇ ਉੱਪਰ ਮੋਹਰ ਲਗਾਉਂਦੀ ਆ ਕਿ ਜਿਹੜਾ ਪਰਮਾਤਮਾ ਹੈ ਉਹ ਤੁਹਾਡੇ ਜਿੱਦਣ ਤੁਸੀਂ ਗੁਰੂ ਵਾਲੇ ਬਣ ਜਾਓਗੇ ਜਿੱਦਣ ਤੁਸੀਂ ਸਿੱਖ ਬਣ ਜਾਓਗੇ ਜਿੱਦਣ ਤੁਸੀਂ ਸਿੱਖਣ ਵਾਲੇ ਬਣ ਜਾਓਗੇ ਉਸ ਦਿਨ ਤੁਹਾਨੂੰ ਉਸ ਗੁਰੂ ਦੀ ਪ੍ਰਾਪਤੀ ਹੋਵੇਗੀ ਜਿਹੜਾ ਤੁਹਾਨੂੰ ਇਹ ਦੱਸਿਆ ਕਿ ਤੁਹਾਨੂੰ ਜਿਹੜਾ ਜਿੰਨੇ ਵੀ ਐਕਸ਼ਨ ਤੁਸੀਂ ਕਰ ਰਹੇ ਹੋ ਇਹਦੇ ਜ਼ਿੰਮੇਵਾਰ ਤੁਸੀਂ ਖੁਦ ਹੋ ਦੁਨੀਆਂ ਦੇ ਵਿੱਚ ਜੇਕਰ ਤੁਸੀਂ ਕੋਈ ਅਰਦਾਸ ਕਰਦੇ ਹੋ ਜੇ ਕੋਈ ਪੂਰੀ ਕਰਨੀ ਆ ਤਾਂ ਉਹ ਤੁਸੀਂ ਕਰਨੀ ਹੈ ਤੁਹਾਨੂੰ ਕੰਮ ਕਰਨਾ ਪਊਗਾ ਇੱਕ ਫਿਲਾਸਫਰ ਦੇ ਹੋਰ ਵਿਚਾਰ ਨੇ ਉਹ ਕਹਿੰਦਾ ਹੈ ਕਿ ਦੁਨੀਆਂ ਦੇ ਵਿੱਚ ਕੀਤੀਆਂ ਹੋਈਆਂ ਅਰਦਾਸਾਂ ਵੀ ਉਹੀ ਪੂਰੀਆਂ ਹੁੰਦੀਆਂ ਹਨ ਜਿਹੜੀਆਂ ਅਰਦਾਸਾਂ ਦੇ ਲਈ ਜਿਹੜੇ ਕੰਮਾਂ ਲਈ ਅਰਦਾਸ ਕੀਤੀ ਹੋਵੇ ਅਤੇ ਬੰਦਾ ਉਸ ਕੰਮ ਦੇ ਵਿੱਚ ਲੱਗ ਜਾਏ ਹੁਣ ਤੋਂ ਬਾਅਦ ਜਗ੍ਹਾ ਨਾਲ ਫਰਕ ਨਹੀਂ ਪੈਣਾ ਜਿਹੜੇ ਮਰਜ਼ੀ ਬਾਬੇ ਗੁਰੂ ਪੀਰ ਦੇ ਕੋਲ ਚਲੇ ਜਾਇਆ ਜੋ ਜਿੰਨਾ ਚਿਕਰ ਅਸੀਂ ਆਪਦੀ ਅਰਦਾਸ ਆਪਦੇ ਆਪ ਨੂੰ ਕਰਨ ਜੋਗੇ ਨਹੀਂ ਹੁੰਦੇ ਉਹਨਾਂ ਚਿਕਰ ਸਾਡੀ ਕੋਈ ਅਰਦਾਸ ਨਹੀਂ ਪੂਰੀ ਹੋਣੀ ਅਤੇ ਜਿੱਦਣ ਸਾਨੂੰ ਇੰਨੀ ਸਮਝ ਪੈ ਗਈ ਕਿ ਅਰਦਾਸ ਕਿਹਨੂੰ ਕਰਨੀ ਆ ਅਰਦਾਸ ਕਿਵੇਂ ਕਰਨੀ ਆ ਅਰਦਾਸ ਕਹਿ ਲਓ ਭਗਤੀ ਕਹਿ ਲਓ ਪੂਜਾ ਕਹਿ ਲਓ ਜੋ ਮਰਜ਼ੀ ਇਹ ਕਿਵੇਂ ਕਰਨੀ ਆ ਇਹ ਕਿਹਨੂੰ ਕਰਨੀ ਆ ਉਸ ਤੋਂ ਬਾਅਦ ਵਿੱਚ ਸਾਰੀਆਂ ਹੀ ਅਰਦਾਸਾਂ ਪੂਰੀਆਂ ਹੋ ਜਾਣਗੀਆਂ।